ਜਿਹੜੇ ਜਲੰਧਰ ਦੇ ਸਮੂਹ ਹਲਕਾ ਨਿਵਾਸੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਪਾਲਿਸੀਆਂ ਨੂੰ ਦੇਖਦੇ ਹੋਏ ਬੇਸ਼ੱਕ ਉੱਥੇ ਜਿੰਨਾ ਕੂੜ ਪ੍ਰਚਾਰ ਹੋਇਆ ਅੱਜ ਤੀਕਰ ਨਹੀਂ ਹੋਇਆ। ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਕੂੜ ਪਾਰਟੀ ਦੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦੇ ਵਰਖਿਲਾਫ ਬੋਲਦੇ ਰਹੇ, ਪਰ ਲੋਕਾਂ ਨੇ ਉਹਨਾਂ ਨੂੰ ਇੱਦਾਂ ਦਾ ਸ਼ੀਸ਼ਾ ਦਿਖਾਇਆ ਕਿ ਅੱਜ ਉਹ ਮੂੰਹ ਦਿਖਾਉਣ ਦੇ ਕਾਬਿਲ ਨਹੀਂ। ਖਾਸ ਕਰ ਆਪਣੇ ਆਪ ਨੂੰ ਇੱਕ ਨੀਤੀਵਾਨ ਸਮਝਣ ਵਾਲਾ ਸਾਡੇ ਕਪੂਰਥਲੇ ਦਾ ਲੀਡਰ ਜਿਹੜਾ ਉੱਥੋਂ ਕਹਿੰਦਾ ਸੀ ਕਿ ਮੈਂ 3 ਲੱਖ ਦੀ ਲੀਡ ਦੇ ਨਾਲ ਇੱਥੋਂ ਆਪਣੇ ਕੈਂਡੀਡੇਟ ਨੂੰ, ਕਾਂਗਰਸ ਕੈਂਡੀਡੇਟ ਨੂੰ ਜਿਤਾਵਾਂਗਾ ਔਰ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚੋਂ ਭਜਾ ਦਾਂਗਾ। ਉਹ ਆਪ ਇਹ ਡਰਦਾ ਹੋਇਆ ਕਈ ਦਿਨਾਂ ਤੋਂ ਪੰਜਾਬ 'ਚੋਂ ਗਾਇਬ ਆ। ਸੋ ਇਸ ਕਰਕੇ ਮੈਂ ਸਾਰੇ ਜਲੰਧਰ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਔਰ ਦੂਸਰੇ ਬੰਨੇ ਮਾਨ ਸਾਹਿਬ ਉਹ ਸ਼ਖਸ ਨੇ, ਸਰਦਾਰ ਕੇਜਰੀਵਾਲ ਸਾਹਿਬ ਉਹ ਸ਼ਖਸ ਨੇ ਜਿਨ੍ਹਾਂ ਨੇ ਦੂਸਰੀਆਂ ਰਵਾਇਤੀ ਪਾਰਟੀਆਂ ਵਾਂਗੂ ਢੁਕਵਾਉਂਦੇ ਨਹੀਂ ਰਹਿੰਦੇ, ਨਾ ਹੀ ਕੋਈ ਝੂਠੇ ਵਾਅਦੇ ਕੀਤੇ ਨੇ। ਉਹਨਾਂ ਨੇ ਜਿਹੜੀ ਵੀ ਗੱਲ ਕੀਤੀ ਗਰੰਟੀ ਕੀਤੀ, ਔਰ ਇਹ ਨਹੀਂ 5ਵੇਂ ਸਾਲ ਆ ਕੇ ਉਹ ਕੰਮ ਕਰਨ ਲੱਗ ਪਿਆ ਉਸ 'ਤੇ, ਉਹਨਾਂ ਪਹਿਲੇ ਦਿਨ ਤੋਂ ਜਿਹੜੀਆਂ ਗਰੰਟੀਆਂ ਕੀਤੀ ਉਹਦੇ ਕੰਮ ਕਰਦੇ ਸੀ। ਉਹ ਕੰਮ ਦੇਖਦੇ ਹੋਏ ਲੋਕਾਂ ਨੇ ਉਹਨਾਂ ਨੂੰ ਐਡਾ ਵੱਡਾ ਫਤਵਾ ਦਿੱਤਾ, ਔਰ ਮੈਂ ਇਸੇ ਕਰਕੇ ਬਾਰ ਬਾਰ ਜਲੰਧਰ ਦੇ ਨਹੀਂ ਸਾਰੇ ਪੰਜਾਬ ਦੇ ਲੋਕਾਂ ਦਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਏਡੀ ਵੱਡੀ ਜਿੱਤ ਦਵਾ ਕੇ ਔਰ ਲੋਕਾਂ ਦੇ ਜਿਹੜੇ ਰਵਾਇਤੀ ਪਾਰਟੀਆਂ ਦੇ ਮੂੰਹ 'ਤੇ ਇੱਦਾਂ ਦਾ ਤਮਾਚਾ ਮਾਰਿਆ, ਕਿ ਉਹ ਕਦੀ ਇਹੋ ਜਿਹੀ ਜਿਹੜੀ ਆਮ ਆਦਮੀ ਪਾਰਟੀ ਨੂੰ, ਸਰਦਾਰ ਭਗਤ ਸਿੰਘ ਮਾਨ ਨੂੰ ਬਦਨਾਮ ਕਰਨ ਦੀ, ਕੁਝ ਜੀਆਂ ਗੱਲਾਂ ਕਰਨ ਦੀ ਕਦੀ ਹਮਾਕਤ ਨਹੀਂ ਕਰਨਗੇ ਜੀ। ਸਤਿ ਸ਼੍ਰੀ ਅਕਾਲ। ਜਲੰਧਰ ਦੇ ਜਿੰਨੇ ਸਮੂਹ ਵੋਟਰਾਂ ਨੇ ਆਮ ਆਦਮੀ ਪਾਰਟੀ ਨੂੰ ਵੋਟ 'ਤੇ ਸਪੋਰਟ ਕੀਤਾ, ਉਹਨਾਂ ਦਾ ਸਾਡੀ ਸਮੁੱਚੀ ਕਪੂਰਥਲਾ ਟੀਮ ਵੱਲੋਂ, ਸਮੁੱਚੀ ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਤਹਿ ਦਿਲੋਂ ਧੰਨਵਾਦ। ਔਰ ਸਭ ਤੋਂ ਵੱਡੀ ਪ੍ਰਾਪਤੀ ਕਿ ਸਾਡੇ ਭਗਵੰਤ ਸਿੰਘ ਮਾਨ ਜੀ ਔਰ ਮਾਣਯੋਗ ਅਰਵਿੰਦ ਕੇਜਰੀਵਾਲ ਜੀ, ਸਾਡੇ ਮਾਣਯੋਗ MLA ਸਾਹਿਬਾਨ, ਸਾਡੇ ਮਾਣਯੋਗ ਮੰਤਰੀ ਸਾਹਿਬਾਨ ਔਰ ਸਾਡੀ ਸਮੁੱਚੀ ਟੀਮ ਪੰਜਾਬ ਦੀ ਸਮੇਂ-ਸਮੇਂ ਉੱਥੇ ਦੌਰਾ ਕਰਦੀ ਰਹੀ ਔਰ ਡੋਰ ਟੂ ਡੋਰ ਕੰਪੇਨ ਕੀਤੀ। ਅਸੀਂ ਘਰਾਂ ਤੋਂ ਇਲਾਵਾ ਜਿਹੜੇ ਰੋਡ ਸ਼ੋਅ ਕੀਤੇ ਉਹਨਾਂ 'ਚ ਹਮੇਸ਼ਾ ਭਗਵੰਤ ਮਾਨ ਸਾਹਿਬ, ਕੇਜਰੀਵਾਲ ਸਾਹਿਬ ਨੇ ਲੋਕਾਂ ਨੂੰ ਆਪਣੇ ਕੀਤੇ ਹੋਏ ਕੰਮਾਂ ਦੇ ਵਾਅਦੇ ਜਿਹੜੇ ਸੀ ਉਹ ਪੂਰੇ ਕਰਨ ਦੇ, ਮਤਲਬ ਜਿਹੜੇ ਪ੍ਰਣ ਲਿਆ ਸੀ ਉਹ ਯਾਦ ਕਰਾਇਆ ਵੀ ਅਸੀਂ ਉਹ ਤੁਹਾਡੇ ਕੰਮ ਇੰਨੇ ਕਰ ਦਿੱਤੇ ਨੇ, ਜਿਹੜੇ ਪੈਂਡਿੰਗ ਸੀ ਉਹ ਵੀ ਯਾਦ ਕਰਾਉਂਦੇ ਰਹੇ। ਜੇ ਉਹਨਾਂ ਨੇ ਕਿਹਾ ਵੀ 36,000 ਦੇ ਕਰੀਬ ਅਸੀਂ ਕੱਚੇ ਉਹ ਮੁਲਾਜ਼ਮ ਪੱਕੇ ਕਰਤੇ ਅਤੇ ਲੋਕਾਂ ਨੇ ਐਕਸੈਪਟ ਕੀਤਾ, ਵਾਕਿਆ ਹੀ ਉਹ ਮੁਲਾਜ਼ਮ ਪੱਕੇ ਹੋਏ। ਔਰ ਜੇ 29,000 ਦੇ ਕਰੀਬ ਭਗਵੰਤ ਮਾਨ ਸਾਹਿਬ ਨੇ ਨਵੀਆਂ ਨੌਕਰੀਆਂ ਦਿੱਤੀਆਂ, ਉਹਨਾਂ 'ਤੇ ਵੀ ਵਾਕਿਆ ਹੀ ਮੋਹਰ ਲੱਗੀ ਕਿ ਵਾਕਿਆ ਨੌਕਰੀ ਮਿਲੀ ਹੈ, ਨਵੀਂ ਨੌਕਰੀ। ਉਸ ਤੋਂ ਇਲਾਵਾ ਬਿਜਲੀ ਦੇ ਬਿੱਲਾਂ ਦੀ ਗੱਲ ਕਰ ਲਈਏ ਜਾਂ ਮੁਹੱਲਾ ਕਲੀਨਿਕਾਂ ਦੀ ਗੱਲ ਕਰ ਲਈਏ, ਵਧੀਆ ਵਿੱਦਿਆ ਖੇਤਰ ਦੀ ਗੱਲ ਕਰ ਲਈਏ, ਵਧੀਆ ਸਿਹਤ ਸੇਵਾਵਾਂ ਦੀ ਗੱਲ ਕਰ ਲਈਏ, ਇਹਨਾਂ ਸਾਰੇ ਕੁਛ ਨੇ ਆਮ ਆਦਮੀ ਪਾਰਟੀ ਦੀ ਜਿਹੜੀ ਕੀਤੀ ਹੋਈ ਕਾਰਗੁਜ਼ਾਰੀ ਉਹਨੂੰ ਜਲੰਧਰ ਵਾਸੀਆਂ ਨੇ ਸਵੀਕਾਰ ਕੀਤਾ। ਜਦਕਿ ਪੂਰਾ ਹਿੰਦੁਸਤਾਨ ਮੰਨਦਾ ਕਿ ਆਮ ਆਦਮੀ ਪਾਰਟੀ ਵਰਗੀ ਸਰਕਾਰ ਕੋਈ ਨਹੀਂ ਆਈ ਔਰ ਇਹਨਾਂ ਨੂੰ ਦੂਜੀਆਂ ਪਾਰਟੀਆਂ ਨੂੰ ਮੂੰਹ ਦਿਖਾਉਣੀ ਪਈ। ਸਾਡੇ ਜਿਹੜੇ ਕੈਂਡੀਡੇਟ ਸੁਸ਼ੀਲ ਕੁਮਾਰ ਰਿੰਕੂ ਜੀ, ਉਹਨਾਂ ਦਾ ਇੱਕ ਆਪਣਾ ਹੋਲਡ ਸੀ, ਪਰ ਵਾਕਿਆ ਹੀ ਜਿੱਦਾਂ ਮੇਰੇ ਸਾਥੀਆਂ ਨੇ ਜ਼ਿਕਰ ਕੀਤਾ ਕਿ ਵੋਟ ਜਿਹੜੀ ਹੈ ਪਾਰਟੀ ਨੂੰ ਪੈਂਦੀ ਹੈ,
ਰੱਜ ਕੇ ਵੋਟ ਪਾਈ ਲੋਕਾਂ ਨੇ, ਸਪੋਰਟ ਕੀਤੀ ਹੈ। ਮੈਂ ਕੰਵਰ ਇਕਬਾਲ ਸਿੰਘ, ਜ਼ਿਲ੍ਹਾ ਪ੍ਰਧਾਨ ਵਪਾਰ ਮੰਡਲ ਕਪੂਰਥਲਾ, ਔਰ ਸਾਡੇ ਨਾਲ ਲਲਿਤ ਭੈਣ ਜੀ ਖੜ੍ਹੇ ਨੇ, ਗੁਰਪਾਲ ਜੀ ਖੜ੍ਹੇ ਨੇ, ਕਪੂਰ ਸਾਹਿਬ ਖੜ੍ਹੇ ਨੇ, ਢੋਰ ਸਾਹਿਬ, ਥਿੰਨ ਸਾਹਿਬ, ਡੀ ਐਸ ਪੀ ਕਰਨੈਲ ਸਿੰਘ ਜੀ, ਬਲਵਿੰਦਰ ਜੀ, ਸਾਰੇ ਸਾਥੀ, ਸ਼ੇਖਰ ਜੀ, ਕਰਨ ਜੀ, ਮੈਂ ਕਿਹਦਾ ਕਿਹਦਾ ਨਾਂ ਲਵਾਂ, ਬਲਵਿੰਦਰ ਭੈਣ ਜੀ, ਜ਼ਿਲ੍ਹਾ ਪ੍ਰਧਾਨ ਲੇਡੀਜ਼ ਵਿੰਗ, ਸੰਦੀਪ ਕੁਮਾਰ ਜੀ, ਨੀਟੂ ਮੇਰਾ ਕੌੜਾ ਕੌੜਾ ਝਾਕਦੇ ਨੇ, ਨਾਂ ਰਹਿ ਗਿਆ ਸੀ, ਗੁਰਦੀਪ ਕੌਰ ਜੀ, ਮਤਲਬ ਇਹ ਕਹਿਣ ਦਾ ਕਿ ਬਹੁਤ ਸਾਰੇ ਸਾਥੀ ਨੇ ਜਿਹੜੇ ਸਾਥੀਆਂ ਨੇ ਤਨ ਮਨ ਧਨ ਦੇ ਨਾਲ ਦਿਨ ਰਾਤ ਜਲੰਧਰ ਸੀਟ 'ਤੇ ਜਾ ਕੇ ਕੰਮ ਕੀਤਾ ਔਰ ਇਹ ਜਿੱਤ ਪ੍ਰਾਪਤ ਕੀਤੀ। ਬਹੁਤ ਹੀ ਖੁਸ਼ੀ ਦੀ ਗੱਲ ਹੈ, ਮੈਂ ਸਾਰੇ ਹੀ ਜਲੰਧਰ ਵਾਸੀਆਂ ਨੂੰ ਅਤੇ ਪੰਜਾਬ ਦੇ ਵਾਸੀਆਂ ਨੂੰ ਬਹੁਤ ਵਧਾਈ ਦਿੰਦੀ ਹਾਂ, ਜਿਹੜਾ ਅੱਜ ਬਹੁਤ ਹੀ ਵੱਡੇ ਮਾਰਜਨ ਨਾਲ ਸਾਡੀ ਆਮ ਆਦਮੀ ਪਾਰਟੀ ਦੀ ਐਮ ਪੀ ਦੀ ਚੋਣ ਜਿੱਤ ਹੋਈ ਹੈ। ਹਾਂਜੀ ਸਰ, ਉਹ 100% ਦੀ ਆਪਣੀ ਸਾਡੀ 1000 ਰੁਪਏ ਦੀ ਗਰੰਟੀ ਭਗਵੰਤ ਮਾਨ ਜੀ ਪੂਰੀ ਕਰ ਰਹੇ, ਜਿਸ ਤਰ੍ਹਾਂ ਕਿ ਪਹਿਲੀਆਂ ਗਰੰਟੀਆਂ ਵੀ ਪੂਰੀਆਂ ਕੀਤੀਆਂ, ਇਸ ਗਰੰਟੀ ਨੂੰ ਪੂਰਾ ਕੀਤਾ ਜਾਏਗਾ ਜੀ। ਬੀਬੀਆਂ ਦਾ ਜੀ ਬਹੁਤ ਵੱਡਾ ਯੋਗਦਾਨ ਹੈ, ਮੇਰਾ ਵੋਮਨ ਵਿੰਗ ਕਪੂਰਥਲੇ ਤੋਂ ਬਾਕੀ ਵੀ ਸਾਰੀਆਂ ਸਾਡੀਆਂ ਭੈਣਾਂ ਨੇ ਵੱਖ ਵੱਖ ਆਪਣਾ ਯੋਗਦਾਨ ਪਾਇਆ, ਪਾਰਟੀ ਦੀ ਕੈਂਪੇਨ ਕੀਤੀ ਹੈ। ਮੈਂ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਕਰਨੀ ਜਿਹਨਾਂ ਨੇ ਨਾਲ ਸਾਥ ਦਿੱਤਾ ਜੀ। ਸਰ ਦੇਖੋ, ਇਹ ਆਮ ਲੋਕਾਂ ਦੀ ਪਾਰਟੀ, ਆਮ ਆਦਮੀ ਪਾਰਟੀ, ਇਸੇ ਕਰਕੇ ਇਹਨੂੰ ਕਹਿੰਦੇ ਨੇ। ਇਹਨਾਂ ਵਿੱਚ ਕੋਈ ਵੀ ਮਲਮਲ ਦੇ ਬਿਸਤਰੇ ਵਾਲੀ ਕੋਈ ਗੱਲ ਨਹੀਂ ਜੀ, ਸਾਰਿਆਂ ਨੇ ਅਸੀਂ ਲੋਕਾਂ ਦੇ ਹਿੱਤਾਂ ਲਈ ਕੰਮ ਕਰਨਾ ਅਤੇ ਕੰਡਿਆਂ ਦੀ ਤਾਰ 'ਤੇ ਚੱਲਣ ਲਈ ਵੀ ਸਾਰੇ ਤਿਆਰ ਨੇ, ਅਸੀਂ ਲੋਕਾਂ ਲਈ ਕੰਮ ਕਰ ਰਹੇ ਹਾਂ। ਇਸ ਕਰਕੇ ਸਾਰਿਆਂ ਨੇ ਮਿਲ ਜੁਲ ਕੇ ਮਿਹਨਤ ਕਰਨੀ ਪਾਰਟੀ ਲਈ, ਲੋਕਾਂ ਨੂੰ ਜੋ ਵੀ ਉਹਨਾਂ ਦਾ ਬਣਦਾ ਹੱਕ ਦਿੱਤੇ ਜਾਣਗੇ ਜੀ। ਸਾਰੇ ਜਿਹੜੇ ਆਮ ਆਦਮੀ ਪਾਰਟੀ ਦੇ ਜੁਝਾਰੂ ਵਲੰਟੀਅਰ ਨੇ ਉਹਨਾਂ ਨੂੰ ਵਧਾਈ ਦੇਣਾ ਚਾਹੁੰਦਾ। ਇਹ ਦੇਖੋ, ਸਾਡੇ ਜਿਹੜੇ ਕੌਮੀ ਕਨਵੀਨਰ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਸਰਦਾਰ ਭਗਵੰਤ ਸਿੰਘ ਜੀ ਮਾਨ, ਅਤੇ ਉਹਨਾਂ ਦੇ ਕੰਮ ਬੋਲੇ ਨੇ ਇੱਥੇ, ਉਹਨਾਂ ਦੇ ਕੰਮਾਂ 'ਤੇ, ਚੰਗੇ ਕੰਮਾਂ 'ਤੇ ਮੋਹਰ ਲਾਈ ਹੈ। ਜਿਹੜੀ ਓਪੋਜੀਸ਼ਨ ਸੀ, ਕਾਂਗਰਸ ਪਾਰਟੀ ਸੀ, ਦੂਜੀਆਂ ਪਾਰਟੀਆਂ ਸੀ, ਉਹਨਾਂ ਨੇ ਰੱਜ ਕੇ ਕੂੜ ਪ੍ਰਚਾਰ ਕੀਤਾ, ਪਰ ਲੋਕਾਂ ਨੇ ਜਿਹੜੇ ਆਮ ਆਦਮੀ ਪਾਰਟੀ ਨੇ ਤਕਰੀਬਨ 1 ਸਾਲ ਦੇ ਵਿੱਚ ਕੰਮ ਕੀਤੇ ਨੇ, ਉਹਦੇ ਤੋਂ ਪ੍ਰਭਾਵਿਤ ਹੋ ਕੇ ਉਹ ਸੀਟ ਜਿਹੜੀ ਕਾਂਗਰਸ ਦਾ ਗੜ੍ਹ ਹੁੰਦੀ ਸੀਗੀ, ਉਹ ਸੀਟ ਨੂੰ ਜਿੱਤ ਕੇ ਅੱਜ ਇਹ ਸਾਬਤ ਕਰ ਦਿੱਤਾ ਕਿ ਲੋਕ ਕੰਮਾਂ ਨੂੰ ਪਸੰਦ ਕਰਦੇ ਨੇ। ਸੋ ਇਹ ਜਿਹੜਾ ਆਉਣ ਵਾਲਾ ਸਮਾਂ ਵੀ ਹੈ, ਆਮ ਆਦਮੀ ਪਾਰਟੀ ਦਾ ਸਮਾਂ, ਜਿਸ ਤਰ੍ਹਾਂ ਦਿੱਲੀ ਦੇ ਵਿੱਚ ਪੱਕੇ ਪੈਰ ਜਮਾਲੇ ਨੇ ਆਮ ਆਦਮੀ ਪਾਰਟੀ ਨੇ, ਪੰਜਾਬ ਦੇ ਵਿੱਚ ਪੱਕੇ ਪੈਰ ਜਮਾਲੇ। ਬਿਲਕੁਲ ਜੀ, ਬਿਲਕੁਲ, ਉਹਦਾ ਇੱਥੇ ਦੇ ਲੋਕ ਪਤਾ ਨਹੀਂ ਕਿਉਂ ਨਹੀਂ ਤੋੜ ਰਹੇ, ਉੱਥੇ ਤਾਂ ਤੋੜ ਦਿੱਤਾ ਸਾਰਿਆਂ ਦਾ, ਉੱਥੇ ਤਾਂ ਲੋਕਾਂ ਨੇ ਤੋੜ ਦਿੱਤਾ, ਹੁਣ ਇਹਨਾਂ ਦੀ ਵਾਰੀ ਹੈ ਤੋੜਨ ਦੀ। ਸੋ ਹੰਕਾਰ ਤਾਂ ਜਿਹੜਾ ਉਹ ਗੁਰੂ ਸਾਹਿਬ ਨੇ ਕਿਹਾ ਵੀ ਹੰਕਾਰੀ ਬੰਦਾ ਜਿਹੜਾ ਉਹ ਹਮੇਸ਼ਾ ਜਾਂਦਾ ਹੀ ਜਾਂਦਾ। ਤੁਹਾਡੇ ਵਰਗੇ ਯੰਗ ਬੰਦੇ ਨੇ, ਉਹਨਾਂ ਨੇ ਹੁਣ ਬਿਸਤਰਾ ਜਿਹੜਾ ਕਿ ਸੁਣਦੇ ਸੀ, ਹੁਣ ਕੰਡੇ ਵਾਲੀ ਤਾਰ ਨੂੰ ਹੱਥ ਪਾਏ, ਕੰਡੇ ਵਾਲੀ ਤਾਰ 'ਚ ਲੰਘਣਾ ਬੜਾ ਔਖਾ, ਕਿਤੇ ਉਹਦੇ ਨਾਲ ਇਹ ਤਰੀਕੇ ਦੇ ਰਲ ਮਿਲ ਕੇ ਟਰੋਫੀਆਂ ਗੋਲੀਆਂ ਦੇ ਕੇ ਇੱਧਰ ਉਹਨੂੰ ਭੇਜਿਆ ਹੋਵੇ ਸ਼ੀਲ ਕੁਮਾਰ ਜੀ? ਨਹੀਂ ਜੀ, ਬਿਲਕੁਲ, ਉਹ ਜਾਂਬਾਜ਼ ਬੰਦਾ, ਬਹੁਤ ਤਕੜਾ ਬੰਦਾ ਜੀ, ਔਰ ਉਹ ਬੰਦਾ ਜਾ ਕੇ ਪਾਰਲੀਮੈਂਟ ਵਿੱਚ ਪੰਜਾਬ ਦੀ ਆਵਾਜ਼ ਉਠਾਊਗਾ, ਬਹੁਤ ਵਧੀਆ ਬੰਦਾ ਜੀ।